भी वह भी तंदूर नहीं जिते तेरी दुकान सिखाऊंगा मैं। ਸਤਿ ਸ਼੍ਰੀ ਅਕਾਲ ਜੀ, ਮੈਂ ਸੋਨੀ ਪਿੰਡ ਹੀਰੋਂ ਕਲਾਂ ਤੇ ਮੈਂ ਇੱਕ ਦੋ ਦਿਨ ਪਹਿਲਾਂ ਮੇਰੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਵੀ ਤੁਸੀਂ ਨੇ ਵੀ ਸੋਨੀ ਹਿੰਦੂ ਸਮਾਜ ਦਾ ਵਿਰੋਧ ਕਰਦਾ ਤੇ ਉਹ ਵੀਡੀਓ ਨੂੰ ਕੱਟ ਮਰੋੜ ਕੇ ਪੇਸ਼ ਕੀਤਾ ਗਿਆ ਜਾਣ ਕੇ ਮੇਰਾ ਨਾਮ ਬਦਨਾਮ ਕੀਤਾ ਗਿਆ। ਮੈਂ ਹਿੰਦੂ ਸਮਾਜ ਦਾ ਤੇ ਸਿੱਖਾਂ ਦਾ ਬਹੁਤ ਸਤਿਕਾਰ ਕਰਦਾ, ਪਹਿਲੇ ਦਿਨ ਤੋਂ ਬਹੁਤ ਸਤਿਕਾਰ ਕਰਦਾ ਤੇ ਮੇਰੇ MLA ਸਾਹਿਬ ਵਿਜੇ ਸਿੰਗਲਾ ਜੀ ਉਹ ਵੀ ਹਿੰਦੂ ਸਮਾਜ ਨਾਲ ਨੇ ਤੇ ਉਹਨਾਂ ਦੀ ਮੈਂ ਬਹੁਤ ਜ਼ਿਆਦਾ ਸਤਿਕਾਰ ਕਰਦਾ। ਉਹਨਾਂ ਦੀ ਬਹੁਤ ਵੱਡੀ ਥਾਪੀ ਹੈ ਮੈਨੂੰ ਤੇ ਮੈਨੂੰ ਕਿਹਾ ਵੀ ਹੋਇਆ ਵੀ ਜੋ ਵੀ ਕੰਮ ਹੋਇਆ ਤੇਰਾ ਉਹ ਪਹਿਲੇ ਆਧਾਰ ਤੇ ਹੋਊਗਾ ਤੇ ਪਿੰਡ ਦੇ ਵੱਡੇ ਵੱਡੇ ਕੰਮ ਕਰ ਅਸੀਂ ਤੇਰੇ ਨਾਲ ਹਾਂ। ਬਹੁਤ ਵੱਡਾ ਹੌਂਸਲਾ ਵਿਜੇ ਸਿੰਗਲਾ ਜੀ ਦਾ ਮੈਨੂੰ, ਉਹ ਵੀ ਹਿੰਦੂ ਧਰਮ ਨੂੰ ਬਿਲੋਂਗ ਕਰਦੇ ਨੇ ਤੇ ਮੇਰੀ ਲੜਾਈ ਕਿਸੇ ਧਰਮ ਨਾਲ ਨਹੀਂ, ਮੇਰੀ ਲੜਾਈ ਸੀ ਸਿਰਫ ਇੱਕ ਬੰਦੇ ਨਾਲ ਜਿਸਨੇ ਜਾਣ ਬੁੱਝ ਕੇ ਹਿੰਦੂ ਸਮਾਜ ਦਾ ਵਿਰੋਧ ਕਰਵਾਇਆ ਮੈਨੂੰ ਮੇਰੇ ਤੇ ਤੇ ਜਾਣ ਬੁੱਝ ਕੇ ਮੇਰੀ ਇੱਕ ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਮੈਂ ਹਿੰਦੂ ਸਮਾਜ ਨੂੰ ਬੇਨਤੀ ਕਰਨਾ ਚਾਹੁੰਦਾ, ਜੇਕਰ ਮੇਰੇ ਕਿਸੇ ਬੋਲਾਂ ਤੁਹਾਡੇ ਤੁਹਾਨੂੰ ਠੇਸ ਪਹੁੰਚੀ ਹੈ ਮੈਂ ਦਿਲ ਤੋਂ ਮਾਫ਼ੀ ਮੰਗਦਾ, ਤੁਹਾਡੇ ਤੋਂ ਮੈਂ 100 ਵਾਰ ਵੀ ਮਾਫ਼ੀ ਮੰਗ ਸਕਦਾ ਕਿਉਂਕਿ ਮੈਂ ਹਿੰਦੂ ਸਮਾਜ ਦਾ ਬਹੁਤ ਸਤਿਕਾਰ ਕਰਦਾ। ਮੈਨੂੰ ਪਤਾ ਮੈਂ ਖਾਟੂ ਸ਼ਾਮ ਕਿੰਨੇ ਵਾਰ ਜਾਂਦਾ, ਮੈਂ ਪਟਿਆਲੇ ਮੰਦਿਰ ਕਿੰਨੇ ਵਾਰ ਜਾਂਦਾ, ਕਿੰਨਾ ਧਰਮ ਨੂੰ ਮੰਨਦਾ ਉਹ ਮੈਨੂੰ ਪਤਾ ਹੈ। ਪਰ ਜਾਣ ਬੁੱਝ ਕੇ ਇਹਨਾਂ ਨੇ ਮੇਰੇ ਤੇ ਸਕੀਮ ਲਾ ਕੇ ਮੇਰੀ ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਤਾਂ ਕਿ ਹਿੰਦੂ ਸਮਾਜ ਮੇਰਾ ਵਿਰੋਧ ਕਰ ਸਕੇ, ਇਹਨਾਂ ਨੇ ਸਕੀਮ ਲਾਈ। ਮੈਂ ਹਿੰਦੂ ਸਮਾਜ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਕਿਸੇ ਦੇ ਮਗਰ ਨਾ ਲੱਗੋ, ਮੈਂ ਹਿੰਦੂ ਸਮਾਜ ਦਾ ਪਹਿਲੇ ਦਿਨ ਤੋਂ ਬਹੁਤ ਸਤਿਕਾਰ ਕਰਦਾ, ਫਿਰ ਵੀ ਜੇ ਤੁਹਾਡੀਆਂ ਭਾਵਨਾ ਨੂੰ ਠੇਸ ਪਹੁੰਚੀ ਹੈ ਮੈਂ ਦਿਲ ਤੋਂ ਮਾਫ਼ੀ ਮੰਗਦਾ। ਮੈਂ ਤੁਹਾਡੇ ਸਾਹਮਣੇ ਆ ਕੇ ਮਾਫ਼ੀ ਮੰਗ ਸਕਦਾ ਕਿਉਂਕਿ ਹਿੰਦੂ ਸਮਾਜ ਦਾ ਮੈਂ ਬਹੁਤ ਸਤਿਕਾਰ ਕਰਦਾ, ਇਹ ਚੀਜ਼ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਨੂੰ ਖੁਸ਼ੀ ਹੈ ਵੀ ਹਿੰਦੂ ਸਮਾਜ ਮੇਰੇ ਨਾਲ ਹੋਊਗਾ, ਮੈਨੂੰ ਖੁਸ਼ੀ ਹੋਏ ਚੀਜ਼ ਦੀ ਕਿਉਂਕਿ ਦਿਲ ਤੋਂ ਸਤਿਕਾਰ ਹੈ। ਮੈਂ ਮੰਦਰਾਂ ਦੇ ਵਿੱਚ ਜਾਂਦਾ, ਮੈਨੂੰ ਦਿਲ ਤੋਂ ਪਿਆਰ ਹੈ ਹਿੰਦੂ ਸਮਾਜ ਨਾਲ, ਇਸ ਕਰਕੇ ਮੈਂ ਹਿੰਦੂ ਸਮਾਜ ਤੋਂ ਦੁਬਾਰੇ ਫਿਰ ਹੱਥ ਬੰਨ ਕੇ ਮਾਫ਼ੀ ਮੰਗਦਾ। ਜੇ ਇਹਨਾਂ ਨੇ ਇੱਕ ਸਕੀਮ ਤਿਆਰ ਕਰਕੇ ਹਿੰਦੂ ਸਮਾਜ ਨੂੰ ਕਿਹਾ ਵੀ ਹਿੰਦੂ ਸਮਾਜ ਸੋਨੀ ਦਾ ਵਿਰੋਧ ਕਰੇ, ਤੁਸੀਂ ਸਾਰੇ ਮੇਰੇ ਸਤਿਕਾਰਯੋਗ ਹੋ, MLA ਸਾਹਿਬ ਮੇਰੇ ਸਤਿਕਾਰਯੋਗ ਨੇ ਜੋ ਪਹਿਲੇ ਦਿਨ ਤੋਂ ਮੇਰੀ ਹਰ ਇੱਕ ਕੰਮ ਦੇ ਵਿੱਚ ਮਦਦ ਕਰਦੇ ਨੇ। ਮੈਂ ਦੁਬਾਰਾ ਫਿਰ ਬੇਨਤੀ ਕਰਨਾ ਚਾਹੁੰਦਾ ਹਿੰਦੂ ਸਮਾਜ ਨੂੰ ਵੀ ਕਿਸੇ ਦੇ ਮਗਰ ਨਾ ਲੱਗੋ, ਇਹਨਾਂ ਨੇ ਇੱਕ ਸਕੀਮਾਂ ਲਾਈਆਂ ਨੇ, ਮੇਰੀ ਕਿਸੇ ਧਰਮ ਨਾਲ ਲੜਾਈ ਨਹੀਂ, ਲੜਾਈ ਬੰਦੇ ਦੀ ਕਿਸੇ ਬੰਦੇ ਨਾਲ ਕਿਸੇ ਨਾਲ ਵੀ ਹੋ ਸਕਦੀ ਹੈ, ਉਹ ਕਿਸੇ ਧਰਮ ਦਾ ਮਰਜ਼ੀ ਹੋਵੇ, ਪਰ ਇਹਨਾਂ ਨੇ ਜਾਣ ਬੁੱਝ ਕੇ ਇੱਕ ਸਕੀਮ ਲਾ ਕੇ ਇਹ ਵੀਡੀਓ ਪੇਸ਼ ਕਰਤੀ ਵੀ ਸੋਨੀ ਹਿੰਦੂ ਧਰਮ ਦਾ ਵਿਰੋਧ ਕਰਦਾ। ਮੈਂ ਕਿਸੇ ਦਾ ਵਿਰੋਧ ਨਹੀਂ ਕਰਦਾ, ਮੈਂ ਕਿਸੇ ਧਰਮ ਦਾ ਵਿਰੋਧ ਨਹੀਂ ਕਰਦਾ, ਮੈਂ ਦੁਬਾਰੇ ਫਿਰ ਹੱਥ ਬੰਨ ਕੇ ਹਿੰਦੂ ਸਮਾਜ ਤੋਂ ਮਾਫ਼ੀ ਮੰਗਦਾ ਅਤੇ ਮੈਂ ਬਹੁਤ ਹਿੰਦੂ ਸਮਾਜ ਦਾ ਸਤਿਕਾਰ ਕਰਦਾ। ਉਹ ਜਿੱਥੇ ਵੀ ਕਹਿਣਗੇ ਮੈਂ ਉੱਥੇ ਆ ਕੇ ਮਾਫ਼ੀ ਮੰਗਣ ਨੂੰ ਤਿਆਰ ਹਾਂ, ਪਰ ਪਲੀਜ਼ ਇਹਨਾਂ ਦੀ ਸਕੀਮਾਂ ਤੋਂ ਬਚੋ। ਧੰਨਵਾਦ ਜੀ।